ਪਵਿੱਤਰ ਦਰਬਾਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਧੰਨ ਧੰਨ ਸਵਾਮੀ ਅਵਤਾਰ ਸਿੰਘ ਮਹਾਰਾਜ ਦੀ ਅਮਰ ਯਾਦ ਸਾਲਾਨਾ ਬਰਸੀ ਦੇ ਸਮਾਗਮਾਂ ਨੂੰ ਮੁੱਖ ਰੱਖ ਕੇ ਅੱਜ ਮੱਸਿਆ ਦੇ ਪਾਵਨ ਦਿਹਾੜੇ 'ਤੇ ਗੁਰੂ ਪਿਆਰੀਆਂ ਗੁਰਸੰਗਤਾਂ ਗੁਰੂ ਚਰਨਾਂ ਵਿੱਚ ਸਜੋਭਤ ਹੋ ਕੇ ਹਰੀ ਜਸ ਕੀਰਤਨ ਦਾ ਲਾਹਾ ਲੈ ਰਹੀਆਂ। ਗੁਰੂ ਪਿਆਰਿਓ ਆਓ ਰਸ਼ਨਾ ਪਵਿੱਤਰ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰਿਓ ਜੋ ਵੀ ਦੁਨੀਆਂ ਉੱਤੇ ਰਹਿਬਰ ਅਵਤਾਰ ਆਉਂਦੇ ਆ, ਮਹਾਂਪੁਰਸ਼ ਆਉਂਦੇ ਆ, ਉਹਨਾਂ ਦਾ ਜੀਵਨ ਸੰਸਾਰ ਦੇ ਨਾਲ ਉੱਚਾ ਹੁੰਦਾ। ਉਹਨਾਂ ਦੀ ਸੋਚ ਇੱਕ ਇਨਸਾਨ ਪ੍ਰਤੀ ਨਹੀਂ ਹੁੰਦੀ, ਸਰਬੱਤ ਦੇ ਭਲੇ ਦੀ ਸੋਚ ਹੁੰਦੀ ਹੈ। ਇਸੇ ਕਰਕੇ ਮਹਾਂਪੁਰਸ਼ ਕਿਹਾ ਜਾਂਦਾ। ਜੋ ਪ੍ਰਾਣੀ ਆਪਣੇ ਜੀਵਨ ਦੇ ਵਿੱਚ ਅਧਿਆਤਮਿਕ ਤਰੱਕੀ ਕਰਦਾ ਉਹ ਮਹਾਨ ਹੋ ਜਾਂਦਾ। ਇਸੇ ਕਰਕੇ ਸੰਸਾਰ ਉਹਨਾਂ ਨੂੰ ਮਹਾਂਪੁਰਸ਼ ਦਾ ਦਰਜਾ ਦਿੰਦਾ। ਇੱਕ ਇਨਸਾਨ ਇਸ ਦੁਨੀਆਂ 'ਤੇ ਆਣ ਕੇ ਘਾਟਾ ਖਾ ਕੇ ਜਾਂਦਾ, ਇੱਕ ਇਨਸਾਨ ਇਸ ਦੁਨੀਆਂ 'ਤੇ ਆ ਕੇ ਤਰੱਕੀ ਕਰਕੇ ਜਾਂਦਾ। ਸੋ ਗੁਰਮੁਖ ਪਿਆਰਿਓ ਜਿਹੜੇ ਤਰੱਕੀ ਕਰਕੇ ਜਾਂਦੇ ਆ ਉਹ ਮਹਾਂਪੁਰਸ਼ ਮਹਾਨ ਪੁਰਸ਼ ਉਹ ਮਾਂ ਬਾਪ ਦੇ ਸਪੁੱਤਰ ਸਤਿਗੁਰਾਂ ਦੇ ਪਰਮ ਸਿੱਸ ਲੋਕਾਈ ਦੇ ਚਾਨਣ ਮਨਾਰੇ ਹੁੰਦੇ ਆ। ਗੁਰੂ ਪਿਆਰਿਓ ਇਸ ਦੁਨੀਆਂ ਉੱਤੇ ਆ ਕੇ ਆਪਣੇ ਸਵਾਰਥ ਖਾਤਰ, ਬੱਚਿਆਂ ਖਾਤਰ ਪਸ਼ੂ ਵੀ ਆਪਣਾ ਪੇਟ ਭਰ ਕੇ ਖਾ ਕੇ ਸੌਂ ਕੇ ਆਪਣੇ ਜੀਵਨ ਦੇ ਸਵਾਸ ਬਸਰ ਕਰਕੇ ਚਲੇ ਜਾਂਦੇ ਆ। ਮਨੁੱਖ ਦੇ ਵਿੱਚ ਅਤੇ ਪਸ਼ੂ ਦੇ ਵਿੱਚ ਇਹੀ ਅੰਤਰ ਆ। ਮਨੁੱਖ ਦੇ ਵਿੱਚ ਅਤੇ ਮਹਾਂਪੁਰਸ਼ ਦੇ ਵਿੱਚ ਇਹੀ ਅੰਤਰ ਆ ਕਿ ਉਸ ਦਾ ਜੀਵਨ ਸਵਾਰਥ ਨਹੀਂ ਪਰਮਾਰਥ ਵਾਸਤੇ ਹੁੰਦਾ। ਉਹ ਆਪਣੀ ਹੀ ਤਰੱਕੀ, ਆਪਣੀ ਹੀ ਮਨ ਦੇ ਵਿੱਚ ਲਾਲਚ ਨਹੀਂ ਹੁੰਦਾ, ਉਹਦੀ ਸੋਚ ਸਾਰਿਆਂ ਪ੍ਰਤੀ ਹੁੰਦੀ ਹੈ। ਬਾਣੀ ਦੱਸਦੀ, ਆਪ ਜਪੈ ਅਵਰੈ ਨਾਮ ਜਪਾਵੈ ਨਾਨਕ ਸੋ ਵੈਸ਼ਨੂੰ ਪਰਮ ਗਤ ਪਾਵੈ।
ਸੋ ਮਹਾਂਪੁਰਸ਼ਾਂ ਦੀ ਸੋਭਾ ਸਦਾ ਸੰਸਾਰ ਦੇ ਵਿੱਚ ਰਹਿੰਦੀ ਹੈ। ਬਾਣੀ ਵੀ ਦੱਸਦੀ ਹੈ ਸਾਧਕੀ ਸੋਭਾ ਉਸ ਤੇ ਉੱਚੀ, ਸਾਧਕੀ ਸੋਭਾ ਮੋਚ ਤੇ ਮੋਚੀ, ਸਾਧਕੀ ਸੋਭਾ ਕਾ ਨਹੀਂ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਸਾਧ ਬਣਾਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸੋ ਗੁਰਮੁਖ ਪਿਆਰੇ ਧੰਨ ਧੰਨ ਸਵਾਮੀ ਅਵਤਾਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਇਸ ਨਿਰਮਲ ਕੁਟੀਆ ਵਿੱਚ ਆਣ ਕੇ ਆਪਣੇ ਪਿਆਰ ਦਾ ਬਗੀਚਾ ਲਾਇਆ, ਜਿਨ੍ਹਾਂ ਨੇ ਇੰਨਾ ਪਿਆਰ ਵੰਡਿਆ ਕਿ ਅੱਜ ਵੀ ਉਹਨਾਂ ਦਾ ਪਿਆਰ ਦੀ ਸੋਹ ਗੁਰਸੰਗਤਾਂ ਨੂੰ ਪ੍ਰਾਪਤ ਹੋ ਰਹੀ ਹੈ। ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਧੰਨ ਧੰਨ ਸਵਾਮੀ ਅਵਤਾਰ ਸਿੰਘ ਮਹਾਰਾਜ ਦੇ ਦਰਸ਼ਨ ਕਰ ਲਏ, ਉਹਨਾਂ ਦੇ ਨੇਤਰਾਂ ਦੇ ਵਿੱਚ ਇੰਨਾ ਪਿਆਰ ਸੀ ਜਿਸ ਦੇ ਉੱਤਰ ਕਿਰਪਾ ਕਰਕੇ ਮਿਹਰ ਕਰਕੇ ਉਹ ਨਜ਼ਰ ਪਾ ਦਿੰਦੇ ਸੀ। ਉਹ ਕਿੰਨਾ ਅਸ਼ਾਂਤ ਇਨਸਾਨ ਹੋਵੇ, ਉਹ ਜਿਸ ਤਰ੍ਹਾਂ ਤਪਦੇ ਕੋਲੇ ਦੇ ਉੱਤੇ ਪਾਣੀ ਪੈ ਜਾਂਦਾ ਸੀ, ਉਹ ਬਿਲਕੁਲ ਸ਼ਾਂਤ ਹੋ ਜਾਂਦਾ ਸੀ। ਸੋ ਗੁਰਮੁਖ ਪਿਆਰਿਓ, ਉਹਨਾਂ ਦੇ ਪਿਆਰ ਦਾ ਸਬੂਤ, ਉਹਨਾਂ ਦੇ ਪਿਆਰ ਦਾ ਪ੍ਰਤੱਖ ਉਦਾਹਰਣ ਅੱਜ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੁਰਸੰਗਤਾਂ, ਲੱਖਾਂ ਦੀ ਤਾਦਾਦ ਵਿੱਚ ਗੁਰਸੰਗਤਾਂ ਉਹਨਾਂ ਦੇ ਪਾਵਨ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਉਂਦੀਆਂ। ਬਾਣੀ ਵਿੱਚ ਵੀ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਨੇ ਆਪਣੇ ਪ੍ਰਵਚਨਾਂ ਰਾਹੀਂ ਦੱਸਿਆ ਕਿ ਪਰਮੇਸ਼ੁਰ ਨੂੰ ਪਾਉਣ ਵਾਸਤੇ ਸਭ ਤੋਂ ਸੌਖਾ ਤਰੀਕਾ ਹੈ ਪਿਆਰ। ਸਾਚ ਕਹੂੰ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਗੁਰਮੁਖ ਪਿਆਰਿਓ, ਜਿਹੜੇ ਮਹਾਂਪੁਰਸ਼ ਹੁੰਦੇ ਆ ਉਹ ਪਿਆਰ ਦਾ ਸਮੁੰਦਰ ਹੁੰਦੇ ਆ। ਉਹਦੇ ਵਿੱਚ ਕੋਈ ਵੀ ਚੁੱਭੀ ਲਾਉਂਦਾ ਉਹ ਪਿਆਰ ਦੇ ਵਿੱਚ, ਰੱਬੀ ਪਿਆਰ ਦੇ ਵਿੱਚ ਪਾਰੀਆਂ ਲਾਉਂਦਾ, ਉਹ ਰੱਬੀ ਪਿਆਰ ਦੇ ਵਿੱਚ ਸਮਾ ਜਾਂਦਾ, ਪਰਮੇਸ਼ਰ ਦੀ ਉਸਤਤ ਉਸਦੇ ਹਿਰਦੇ ਦੇ ਵਿੱਚ ਵਸ ਜਾਂਦੀ ਹੈ। ਸੋ ਗੁਰਮੁਖ ਪਿਆਰਿਓ, ਜਿਹੜੇ ਮਹਾਂਪੁਰਸ਼ ਹੁੰਦੇ ਆ ਉਹ ਪਰਮੇਸ਼ਰ ਦੇ ਨਾਲ ਜੁੜੇ ਹੋਏ ਹੁੰਦੇ ਆ। ਜਿਹੜਾ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਉਹ ਵੀ ਪਰਮੇਸ਼ਰ ਦੇ ਨਾਲ ਜੁੜ ਜਾਂਦਾ। ਮਹਾਂਪੁਰਸ਼ਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੁੰਦੀ ਹੈ। ਆਓ ਸਾਰੇ ਰਸਾਂ ਨੂੰ ਪਵਿੱਤਰ ਕਰੀਏ। ਸੰਤਾਂ ਦੇ ਹਿਰਦੇ ਵਸਦੀ ਸੋ ਬਾਹਰ ਨਾਮ ਦੀ, 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 ਸੰਤਾਂ ਦੇ ਹਿਰਦੇ ਵਸਦੀ ਸੋ ਬਾਹਰ ਨਾਮ।
ਸੰਤਾਂ ਦੇ ਹਿਰਦੇ ਵਸਦੇ, ਸੰਤਾਂ ਦੇ ਹਿਰਦੇ ਵਸਦੇ, ਬਾਹਰ ਨਾਮ ਦੇ ਸੰਤਾਂ ਦੇ ਹਿਰਦੇ ਵਸਦੇ, ਤੂੰ ਬਾਹਰ ਨਾਮ ਦੇ ਸੰਤਾਂ ਦੇ ਹਿਰਦੇ ਵਸਦੇ, ਸੰਤਾਂ ਦੇ ਹਿਰਦੇ ਵਸਦੇ, ਸੰਤਾਂ ਦੇ ਹਿਰਦੇ ਵਸਦੇ, ਤੂੰ ਬਾਹਰ ਨਾਮ ਦੇ ਸੰਤਾਂ ਦੇ ਹਿਰਦੇ ਵਸਦੇ, ਤੂੰ ਬਾਹਰ ਨਾਮ ਦੇ ਸੰਤਾਂ ਦੇ ਹਿਰਦੇ ਵਸਦੇ, ਸੋ ਗੁਰਮੁਖ ਪਿਆਰਿਓ ਜੋ ਸਾਡੇ ਦਿਲ ਵਿੱਚ ਹੁੰਦਾ ਨਾ ਉਹੀ ਰਸਨਾ ਤੇ ਆਉਂਦਾ, ਜਿਸ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਪਿਆਰ ਆ ਉਹਦੀ ਰਸਨਾ ਤੇ ਸ਼ਬਦ ਵੀ ਪ੍ਰਭੂ ਦੇ ਪਿਆਰ ਦੇ ਆਉਂਦੇ, ਜਿਸ ਹਿਰਦੇ ਦੇ ਵਿੱਚ ਈਰਖਾ ਕ੍ਰੋਧ ਆ ਉਹਦੇ ਸ਼ਬਦਾਂ ਦੇ ਵਿੱਚ ਵੀ ਈਰਖਾ ਕ੍ਰੋਧ ਹੋਊਗਾ, ਜਿਸ ਹਿਰਦੇ ਦੇ ਵਿੱਚ ਨਾਮ ਵਸਿਆ ਉਹਦੀ ਰਸਨਾ ਦੇ ਵੀ ਨਾਮ ਦੀ ਮਹਿਮਾ ਹੋਊਗੀ, ਨਾਮ ਦਾ ਜਸ ਹੋਊਗਾ। ਸੋ ਗੁਰਮੁਖ ਪਿਆਰੇ ਇਸੇ ਵਾਸਤੇ ਜੋ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਉਹ ਪਰਮੇਸ਼ਰ ਦਾ ਹੋ ਜਾਂਦਾ, ਜੋ ਪਰਮੇਸ਼ਰ ਦਾ ਨਾਮ ਆ ਇਹ ਸਦਾ ਸੰਸਾਰ 'ਤੇ ਰਹਿੰਦਾ, ਦੁਨੀਆਂ ਆਉਂਦੀ ਆ ਚਲੀ ਜਾਂਦੀ ਆ, ਜੰਮਦੀ ਆ ਮਰਦੀ ਹੈ, ਪਰ ਜਿਹੜੇ ਜੀਵ ਇਸ ਦੁਨੀਆਂ ਵਿੱਚ ਆਣ ਕੇ ਨਾਮ ਦੇ ਨਾਲ ਜੁੜ ਜਾਂਦੇ ਆ ਉਹ ਅਜਰ ਅਮਰ ਹੋ ਜਾਂਦੇ ਆ, ਉਹ ਮਰਦੇ ਨਹੀਂ। ਮਰਦੇ ਕੌਣ? ਜਿਨ੍ਹਾਂ ਦੀਆਂ ਪੈੜਾਂ ਮਿਟ ਜਾਂਦੀਆਂ। ਜਿਹੜੇ ਇਨਸਾਨ ਦੁਨੀਆਂ ਦੇ ਵਿੱਚ ਆਉਂਦੇ ਆ ਕੋਈ ਪਰਉਪਕਾਰ ਨਹੀਂ ਕਰਦੇ, ਨਾਮ ਨਹੀਂ ਜਪਦੇ, ਗੁਰੂ ਵਾਲੇ ਨਹੀਂ ਬਣਦੇ, ਸੇਵਾ ਨਹੀਂ ਕਰਦੇ, ਸਿਮਰ ਨਹੀਂ ਕਰਦੇ, ਕੋਈ ਇਹੋ ਜਿਹੀ ਪੈੜ ਇਹੋ ਜਿਹੀ ਖੁਸ਼ਬੂ ਦੁਨੀਆਂ ਵਿੱਚ ਨਹੀਂ ਛੱਡਦੇ ਕਿ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਜੀਵਨ ਤੋਂ ਕੁਝ ਸਿੱਖ ਸਕਣ। ਸੋ ਗੁਰਮੁਖ ਪਿਆਰਿਓ ਇਸ ਦੁਨੀਆਂ 'ਤੇ ਪਤਾ ਨਹੀਂ ਕਿੰਨੀ ਦੁਨੀਆਂ ਆਈ ਹੈ, ਕਿੰਨੀ ਤੁਰੀ ਜਾਂਦੀ ਹੈ, ਕਿੰਨਾ ਕੁ ਅਸੀਂ ਦੇਖਦੇ ਹਾਂ ਕਿ ਦੁਨੀਆਂ ਦੀਆਂ ਯਾਦਾਂ ਮਨਾਈ ਜਾਂਦੀਆਂ, ਕਿੰਨਾ ਕੁ ਅਸੀਂ ਦੇਖਦੇ ਹਾਂ ਕਿ ਦੁਨੀਆਂ ਨੂੰ ਚੇਤੇ ਕੀਤਾ ਜਾਂਦਾ, ਉਹ ਵਿਰਲੇ ਇਨਸਾਨ ਆ ਉਂਗਲੀਆਂ 'ਤੇ ਗਿਣੇ ਜਾਂਦੇ ਆ ਜਿਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ, ਜਿਹਨਾਂ ਨੂੰ ਯਾਦ ਕੀਤਾ ਜਾਂਦਾ। ਸੋ ਗੁਰਮੁਖ ਪਿਆਰਿਓ ਜਿਹੜੇ ਇਨਸਾਨ ਆਪਣੇ ਸਵਾਰਥ ਖਾਤਰ ਪੁੱਤਰਾਂ ਧੀਆਂ ਦੀ ਖਾਤਰ ਤਾਂ ਹਰ ਕੋਈ ਜੀਂਦਾ, ਆਪਣਿਆਂ ਦੀ ਖਾਤਰ ਤਾਂ ਸਾਰਾ ਕੋਈ ਜੀਂਦਾ, ਪਰ ਗੁਰਮੁਖ ਪਿਆਰਿਓ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ, ਸਵਾਰਥ ਤੋਂ ਉੱਪਰ ਉੱਠ ਕੇ ਪਰ ਉਪਕਾਰ ਦਾ ਜੀਵਨ ਜੀ ਜਾਣਾ, ਇਹ ਮਹਾਂਪੁਰਸ਼ਾਂ ਦੇ ਲੱਛਣ ਹੁੰਦੇ ਆ। ਸੋ ਗੁਰਮੁਖ ਪਿਆਰਿਓ ਜਿਹੜੇ ਪੰਜਾਂ ਦਸਾਂ
ਮੈਂਬਰਾਂ ਨੂੰ ਆਪਣਾ ਪਰਿਵਾਰ ਗਿਣਦੇ ਆ, 100-200 ਨੂੰ ਆਪਣੇ ਪਰਿਵਾਰ ਦੇ ਮੈਂਬਰ ਗਿਣਦੇ ਆ। ਸੋ ਗੁਰਮੁਖ ਪਿਆਰਿਓ ਮਗਰੋਂ ਯਾਦ ਕਰਨ ਵਾਲੇ ਵੀ ਉਹੀ ਰਹਿ ਜਾਂਦੇ ਆ ਜਿਹੜੇ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਬਣਾ ਲੈਂਦੇ ਆ। ਸਾਰਿਆਂ ਵਾਸਤੇ ਉਹਨਾਂ ਦੇ ਜਿਹੜੇ ਕਾਰਜ ਆ ਜਿਹਨਾਂ ਤੋਂ ਸਾਰਿਆਂ ਨੂੰ ਰੋਸ਼ਨੀ ਮਿਲਦੀ ਹੈ ਜਦੋਂ ਦੁਨੀਆਂ ਤੋਂ ਚਲੇ ਜਾਂਦੇ ਆ, ਸਾਰੇ ਹੀ ਉਹਨਾਂ ਨੂੰ ਯਾਦ ਕਰਦੇ ਆ, ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਸੋ ਪਾਤਸ਼ਾਹ ਦੱਸਦੇ ਆ ਕਿ ਉਹਨਾਂ ਇਨਸਾਨਾਂ ਦਾ ਦੁਨੀਆਂ 'ਤੇ ਆਉਣਾ ਧੰਨਤਾ ਦੇ ਯੋਗ ਆ ਕਿ ਜਿਹੜੇ ਇਨਸਾਨ ਜਦੋਂ ਦੁਨੀਆਂ ਤੋਂ ਜਾਂਦੇ ਆ, ਦੁਨੀਆਂ ਮਗਰੋਂ ਉਹਨਾਂ ਨੂੰ ਚੇਤੇ ਕਰੇ ਕਿ ਕਦੋਂ ਮੁੜ ਕੇ ਆਉਣਗੇ। ਐਸੇ ਕੰਮ ਨਹੀਂ ਕਰਨੇ ਚਾਹੀਦੇ ਕਿ ਜਾਣ ਤੋਂ ਪਿੱਛੋਂ ਦੁਨੀਆਂ ਲਾਹਨਤਾਂ ਪਾਵੇ, ਕਹਿਣ ਵੀ ਚੰਗਾ ਹੋਇਆ ਦਫਾ ਹੋ ਗਿਆ ਮਰ ਗਿਆ। ਉਹਦੀ ਖੁਸ਼ਬੂ ਹੋਣੀ ਚਾਹੀਦੀ ਆ ਦੁਨੀਆਂ ਦੇ ਵਿੱਚ, ਇਹੋ ਜਿਹੀਆਂ ਪੈੜਾਂ ਪਾਉਣੀਆਂ ਚਾਹੀਦੀਆਂ ਕਿ ਆਉਣ ਵਾਲਾ ਸੰਸਾਰ ਉਹਨਾਂ ਨੂੰ ਯਾਦ ਕਰੇ ਕਿ ਕਦੋਂ ਦਰਸ਼ਨ ਹੋਣਗੇ, ਕਦੋਂ ਦੁਨੀਆਂ 'ਤੇ ਆਉਣਗੇ, ਕਦੋਂ ਸਾਨੂੰ ਦੁਬਾਰਾ ਦਰਸ਼ਨ ਹੋਣਗੇ। ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਇੱਕ ਤਾਂਘ ਬਣ ਜਾਏ, ਇੱਕ ਆਉਣ ਵਾਲੀਆਂ ਪੀੜ੍ਹੀਆਂ ਦੀ ਇੱਕ ਸੋਚ ਬਣ ਜਾਏ ਕਿ ਜਿਸ ਵੇਲੇ ਉਹ ਦੁਨੀਆਂ 'ਤੇ ਆਏ ਸੀ ਅਤੇ ਰੱਬ ਨੇ ਸਾਨੂੰ ਕਾਹਤੋਂ ਨਹੀਂ ਭੇਜਿਆ। ਸੋ ਗੁਰਮੁਖ ਪਿਆਰਿਓ, ਸੰਸਾਰ ਦੇ ਵਿੱਚ ਗੁਣਾਂ ਤੋਂ ਬਿਨਾਂ, ਪਰਉਪਕਾਰਾਂ ਤੋਂ ਬਿਨਾਂ ਸੰਸਾਰ ਦੇ ਵਿੱਚ ਸਾਂਝ ਨਹੀਂ ਰਹਿੰਦੀ। ਕਈ ਸੋਚਦੇ ਆ ਕਿ ਜ਼ਿਆਦੀ ਜ਼ਮੀਨ ਹੋਊਗੀ ਅਤੇ ਮਗਰੋਂ ਮੇਰਾ ਨਾਂ ਰਹੂਗਾ ਕਿ ਫਲਾਨੇ ਦਾ ਪੇੜ ਜਿਹੜਾ 50 ਖੇਤ ਬਣਾ ਕੇ ਚਲੇ ਗਿਆ। ਕੋਈ ਸੋਚਦਾ ਕਿ ਮੈਂ ਵੱਡੀ ਬਿਲਡਿੰਗ ਬਣਾ ਜਾਂ, ਮਗਰੋਂ ਦੁਨੀਆ ਚੇਤੇ ਕਰੇਗੀ ਕਿ ਫਲਾਨੇ ਨੇ ਬਣਾਏ ਸੀ। ਪਰ ਗੁਰਮੁਖ ਪਿਆਰਿਓ, ਵੱਡੇ ਵੱਡੇ ਕਿਲੇ ਜਿਹੜੇ ਆ ਉਹ ਕਿੱਥੇ ਆ? ਵੱਡੇ ਵੱਡੇ ਕਿਲੇ ਉਹ ਢਹਿ ਢੇਰੀ ਹੋ ਗਿਆ, ਕੋਈ ਨਹੀਂ ਦੁਨੀਆ ਚੇਤੇ ਕਰਦੀ। ਜਿਸ ਤਰ੍ਹਾਂ ਬਾਣੀ ਵਿੱਚ ਪਾਤਸ਼ਾਹ ਨੇ ਲਿਖਿਆ, ਉਹ ਸਾਗਤ ਬਪਰਾ ਮਰ ਗਿਆ, ਕੋਈ ਨਾ ਲਹਿ ਨਾਓ। ਸੋ ਗੁਰਮੁਖ ਪਿਆਰਿਓ, ਜਿਹੜੇ ਪਰਉਪਕਾਰ ਹੁੰਦੇ ਆ ਇਹ ਲੋਕਾਂ ਦੇ ਦਿਲਾਂ ਉੱਤੇ ਲਿਖੇ ਹੁੰਦੇ ਆ, ਇਹ ਬੋਰਡਾਂ 'ਤੇ ਨਹੀਂ ਲਿਖੇ ਹੁੰਦੇ। ਜਿਹੜਾ ਪਰਉਪਕਾਰ ਹੁੰਦੇ ਆ ਇਹ ਇਹਨਾਂ ਦੀ ਸਾਫ ਲੋਕਾਂ ਦੇ ਦਿਲਾਂ ਦੇ ਉੱਤੇ ਹੁੰਦੀ ਹੈ। ਜਿਹੜੀ ਗੱਲ ਲੋਕਾਂ ਦੇ ਦਿਲਾਂ ਉੱਤੇ ਲਿਖੀ ਜਾਂਦੀ ਆ ਉਹਨੂੰ ਕੋਈ ਰਬੜ ਦੇ ਨਾਲ ਢਾ ਨਹੀਂ ਸਕਦਾ। ਆ ਦੇਖਿਆ, ਸਰਕਾਰਾਂ ਆਉਂਦੀਆਂ, ਵੱਡੇ ਵੱਡੇ ਪੱਥਰ ਲਾਉਂਦੀਆਂ, ਜਦੋਂ ਸਰਕਾਰ ਬਦਲ ਜਾਂਦੀ ਆ ਉਦੋਂ ਫਿਰ ਟਰਾਲੀ ਬੈਗ ਮਾਰਦੇ ਆ ਅਤੇ ਸਾਰੇ ਪੱਥਰ ਤੋੜ ਦਿੰਦੇ ਆ। ਭਾਵ ਉਹ ਗੱਲ ਲੋਕਾਂ ਦੇ ਦਿਲਾਂ ਉੱਤੇ ਨਹੀਂ ਲਿਖੀ ਹੁੰਦੀ, ਸਿਰਫ ਪੱਥਰਾਂ ਦੇ ਉੱਤੇ ਲਿਖੀ ਹੁੰਦੀ ਹੈ। ਸੋ ਗੁਰਮੁਖ ਪਿਆਰਿਓ, ਜਿਹੜਾ ਪੱਥਰ ਆ ਉਹ ਟੁੱਟ ਸਕਦਾ, ਜਿਹੜੀ ਦਿਲਾਂ ਉੱਤੇ ਗੱਲ ਲਿਖੀ ਹੈ ਉਹ ਕਦੇ ਖਤਮ ਨਹੀਂ ਹੁੰਦੀ। ਸੋ ਗੁਰਮੁਖ ਪਿਆਰਿਓ, ਧੰਨ ਧੰਨ ਸਵਾਮੀ ਅਵਤਾਰ ਸਿੰਘ ਜੀ ਮਹਾਰਾਜ, ਜਿਹਨਾਂ ਨੇ ਸਾਡੇ ਦਿਲਾਂ ਦੇ ਉੱਤੇ ਰਾਜ ਕੀਤਾ, ਜਿਹਨਾਂ ਦੇ ਪਰਉਪਕਾਰ ਹਰ ਪ੍ਰਾਣੀ ਦੇ ਦਿਲਾਂ ਉੱਤੇ ਲਿਖੇ ਹੋਏ ਆ, ਉਹਨਾਂ ਦੇ ਪਿਆਰ ਦੀਆਂ ਗੱਲਾਂ। ਸੋ ਗੁਰਮੁਖ ਪਿਆਰਿਓ, ਸਾਨੂੰ ਯਾਦ ਆ ਕਿ ਜਿਸ ਵੇਲੇ ਇਸ ਪਵਿੱਤਰ ਧਰਤੀ ਦੇ ਉੱਤੇ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ,
ਉਸ ਵੇਲੇ ਸਿਰਫ ਦੋ ਕਮਰੇ ਹੁੰਦੇ ਸੀ। ਇੱਕ ਕਮਰੇ ਵਿੱਚ ਮਹਾਰੇ ਦਾ ਪ੍ਰਕਾਸ਼ ਹੁੰਦਾ ਸੀ, ਦੂਸਰੇ ਕਮਰੇ ਦੇ ਵਿੱਚ ਪਾਠੀ, ਉਹਦੇ ਵਿੱਚ ਹੀ ਚਾਹ ਬਣਾਉਂਦੇ ਸੀ। ਲੰਗਰ ਨਹੀਂ ਚੱਲਦਾ, ਸਿਰਫ ਚਾਹ ਦਾ ਲੰਗਰ ਹੀ ਚੱਲਦਾ ਹੁੰਦਾ ਸੀ। ਜੇ ਬਾਰਿਸ਼ ਆ ਜਾਣੀ, ਮੀਂਹ ਆ ਜਾਣਾ, ਸਿਆਲ ਆ ਜਾਣਾ, ਤਾਂ ਫਿਰ ਉਸੇ ਤਰ੍ਹਾਂ ਹੀ ਜਿਹੜਾ ਕੋਈ ਤਖ਼ਤ ਪੋਸ਼ ਪਿਆ ਉਹਦੇ ਉੱਤੇ ਦਰੀ ਪਾ ਕੇ ਜਿਹੜੇ ਬੱਚੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਨੇ ਪੈ ਜਾਣਾ। ਇੰਨਾ ਪਿਆਰ ਹੁੰਦਾ ਸੀ, ਇੰਨੀ ਖਿੱਚ ਹੁੰਦੀ ਸੀ ਕਿ ਉਹਨਾਂ ਦੇ ਚਰਨਾਂ ਤੋਂ ਲਾਂਭੇ ਹੋਣ ਨੂੰ ਜੀ ਨਹੀਂ ਸੀ ਕਰਦਾ। ਰਾਤ ਨੂੰ ਚਿੱਤ ਨਹੀਂ ਸੀ ਕਰਦਾ ਕਿ ਅਸੀਂ ਘਰਾਂ ਨੂੰ ਚਲੇ ਜਾਈਏ। ਐਸੀ ਖਿੱਚ ਸੀ ਉਹਨਾਂ ਦੇ ਦਰਸ਼ਨਾਂ ਵਿੱਚ, ਐਸੀ ਖਿੱਚ ਸੀ ਉਹਨਾਂ ਦੀ ਬਾਣੀ ਦੇ ਵਿੱਚ। ਜਿਹੜਾ ਇੱਕ ਵਾਰੀ ਉਹਨਾਂ ਦੇ ਸਾਹਮਣੇ ਆ ਜਾਂਦਾ ਸੀ ਜਾਂ ਜਿਹਦੇ ਉੱਤੇ ਆਪ ਕਿਰਪਾਲੂ ਹੋ ਕੇ ਮਿਹਰ ਦੀਆਂ ਨਜ਼ਰਾਂ ਪਾ ਦਿੰਦੇ ਸੀ, ਸੋ ਗੁਰਮੁਖ ਪਿਆਰਿਓ ਫਿਰ ਉਹਨਾਂ ਦਾ ਹੋ ਜਾਂਦਾ ਸੀ। ਫਿਰ ਉਹ ਭੁੱਲ ਜਾਂਦਾ ਸੀ ਪਿੱਛੇ ਨੂੰ, ਫਿਰ ਉਹ ਭੁੱਲ ਜਾਂਦਾ ਸੀ ਆਪਣੇ ਦੁਨੀਆਦਾਰੀ ਦੇ ਕੰਮਾਂ ਨੂੰ। ਫਿਰ ਉਹਨਾਂ ਦਾ ਹੋ ਕੇ ਉਹਨਾਂ ਦੇ ਗੁਣ ਗਾਉਣ ਲੱਗ ਪੈਂਦਾ ਸੀ। ਸੋ ਗੁਰਮੁਖ ਪਿਆਰਿਓ ਐਸੀਆਂ ਸ਼ਖਸੀਅਤਾਂ ਦਾ, ਐਸੇ ਰਹਿਬਰਾਂ ਦਾ, ਐਸੇ ਅਵਤਾਰਾਂ ਦਾ ਇਸ ਦੁਨੀਆਂ 'ਤੇ ਆਉਣਾ ਬਹੁਤ ਵੱਡੀ ਗੱਲ ਹੈ। ਉਹਨਾਂ ਦਾ ਇਸ ਦੁਨੀਆਂ 'ਤੇ ਆ ਕੇ ਪਿਆਰ ਵੰਡਣਾ ਅਤੇ ਉਹਨਾਂ ਦਾ ਇਸ ਦੁਨੀਆਂ ਤੋਂ ਜਾਣਾ ਇੱਕ ਬਹੁਤ ਵੱਡੀ ਘਟਨਾ, ਜਿਸ ਨੂੰ ਕੋਈ ਵੀ ਪ੍ਰਾਣੀ ਭੁੱਲ ਨਹੀਂ ਸਕਦਾ। ਸੋ ਅੱਜ ਵੀ ਉਹਨਾਂ ਦੀ ਯਾਦ ਹਿਰਦੇ ਦੇ ਵਿੱਚ ਵਸੀ ਹੋਈ ਹੈ, ਹਰ ਗੁਰਸਿੱਖ ਚੇਤੇ ਕਰਦਾ। ਸੋ ਗੁਰਮੁਖ ਪਿਆਰਿਓ, ਜਿਹੜੇ ਮਨਮੁੱਖ ਆ ਉਹ ਮਰਦੇ ਆ, ਮਨਮੁੱਖ ਦੁਨੀਆਂ ਤੋਂ ਜਾਂਦੇ ਆ, ਅਤੇ ਜਿਹੜੇ ਸੰਤ ਹੁੰਦੇ ਆ ਅਤੇ ਉਹਨਾਂ ਨੂੰ ਕਵੇ ਕੋਈ ਵੀ ਦੁਨੀਆਂ ਤੋਂ ਉਹਨਾਂ ਦਾ ਨਾਮ ਮਿਟਾਉਣਾ, ਉਹਨਾਂ ਦੀ ਭੁੱਲ ਹੁੰਦੀ ਆ ਮਨਮੁੱਖਾਂ ਦੀ। ਸੋ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਸ਼ ਆ ਉਹ ਸਦਾ ਸੰਸਾਰ 'ਤੇ ਰਹਿੰਦੇ ਆ। ਉਹ ਸਾਰੇ ਰਸਨਾਂ ਨੂੰ ਪਵਿੱਤਰ ਕਰੀਏ। ਸਾਰੀ ਦੁਨੀਆਂ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਸਾਰੀ ਦੁਨੀਆਂ ਮਰਦੀ ਆ, ਨਹੀਂ ਮਰਦੇ, ਨਹੀਂ ਮਰਦੇ। ਸਾਰੀ ਦੁਨੀਆਂ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਸਾਰੀ ਦੁਨੀਆਂ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਸਾਰੀ ਦੁਨੀਆਂ ਮਰਦੀ ਆ, ਸਾਰੀ ਦੁਨੀਆਂ ਮਰਦੀ ਆ। ਸਾਰੀ ਦੁਨੀਆਂ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਸਾਰੀ ਦੁਨੀਆਂ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਸਾਰੀ ਦੁਨੀਆਂ ਮਰਦੀ ਆ, ਸਾਰੀ ਦੁਨੀਆਂ ਮਰਦੀ ਆ। ਸਾਰੀ ਦੁਨੀਆਂ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਸਾਰੀ ਦੁਨੀਆਂ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਨਾਮ ਰਹੋ ਸਾਧੂ।
ਪਿਓ ਗੁਰਮੰਦ ਸਾਰੀ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾਧ ਨਹੀਂ ਮਰਦੇ ਸਾਰੀ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾਧ ਨਹੀਂ ਜਬ ਹਮ ਆਏ ਜਗਤ ਮੈਂ ਕਬੀਰੀ ਜਬ ਹਮ ਆਏ ਜਗਤ ਮੈਂ ਜਗ ਹਸੇ ਹਮਰੋ ਜਗ ਹਸੇ ਹਮਰੋ ਐਸੀ ਕਰਨੀ ਕਰ ਚਲੇ ਐਸੀ ਕਰਨੀ ਕਰ ਚਲੇ ਹਮ ਹਸੇ ਜਗਰੋ ਸਾਰੀ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾਧ ਨਹੀਂ ਮਰਦੇ ਸਾਰੀ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾਧ ਨਹੀਂ ਮਰਦੇ ਸਾਰੀ ਦੁਨੀਆ ਮਰਦੀ ਆ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾਧ ਨਹੀਂ ਮਰਦੇ ਹਰ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾਧ ਨਹੀਂ ਮਰਦੇ ਹਰ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾਧ ਨਹੀਂ ਕਬੀਰ ਮਰਦਾ ਮਰਦਾ ਜਗਮੁਆ ਕਬੀਰ ਮਰਦਾ ਮਰਦਾ ਜਗਮੁਆ ਕਬੀਰ ਮਰਦਾ ਮਰਦਾ ਜਗਮੁਆ ਮਰ ਬਿਨਾ ਜਨ ਕੋ ਕਬੀਰ ਮਰਦਾ ਮਰਦਾ ਜਗਮੁਆ ਮਰ ਬਿਨਾ ਜਨ ਕੋ ਐਸੀ ਮਰਨੀ ਜੋ ਮਰੇ ਐਸੀ ਮਰਨੀ ਜੋ ਮਰੇ ਮਰਨਾ ਮਰਨਾ ਹੋ ਸਾਰੀ ਦੁਨੀਆ ਮਰਦੀ ਆ ਸੰਤ ਨਹੀਂ ਮਰਦੇ ਸਾ
ਸਾਰੀ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸਾਰੀ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਪਰ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਪਰ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਕਬੀਰ ਜਿਸ ਮਰਨੇ ਤੇ ਜਗ ਡਰੇ, ਜਿਸ ਮਰਨੇ ਤੇ ਜਗ ਡਰੇ, ਜਿਸ ਮਰਨੇ ਤੋਂ ਜਗ ਡਰੇ, ਕਬੀਰ ਜਿਸ ਮਰਨੇ ਤੋਂ ਜਗ ਡਰੇ, ਮੇਰੇ ਮਨ ਆਨੰਦ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ, ਮਰਨੇ ਹੀ ਤੇ ਪਾਈਏ, ਪੂਰਨ ਪਰਮਾਨੰਦ, ਸਾਰੀ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸਾਰੀ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸਾਰੀ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸਾਰੀ ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਮਰਦੇ ਸਾਧ ਨਹੀਂ ਮਰਦੇ, ਭਾਵ ਗੁਰਮੁਖ ਪਿਆਰਿਓ ਜਿਸ ਦਾ ਨਾਮ ਦੁਨੀਆਂ ਵਿੱਚ ਰਹਿ ਜਾਂਦਾ ਉਹ ਅਮਰ ਹੋ ਜਾਂਦਾ। ਅਮਰ ਉਹਨੂੰ ਕਹਿੰਦੇ ਆ ਜਿਹੜਾ ਕਦੇ ਨਹੀਂ ਮਰਦਾ। ਅਮਰ ਅਮਰ, ਜਿਹੜਾ ਅਮਰ ਹੋ ਗਿਆ ਉਹ ਕਦੇ ਨਹੀਂ ਮਰਦਾ। ਸੋ ਗੁਰਮੁਖ ਪਿਆਰਿਓ ਇੱਕ ਮਰਦੇ ਕੌਣ ਆ? ਜਿਹੜੇ ਇਨਸਾਨ ਇਸ ਦੁਨੀਆਂ 'ਤੇ ਪੈਦਾ ਹੁੰਦੇ ਆ ਉਹ ਆਪਣੇ ਲਾਲਚ ਖਾਤਰ, ਸਵਾਰਥ ਖਾਤਰ, ਧੀਆਂ ਪੁੱਤਰਾਂ ਦੀ ਖਾਤਰ ਆਪਣਾ ਜੀਵਨ ਜੀ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ ਆ। ਜਿਨ੍ਹਾਂ ਦੀ ਸੁਗੰਧੀ, ਜਿਨ੍ਹਾਂ ਦੀਆਂ ਪੈੜਾਂ ਸੰਸਾਰ ਦੇ ਵਿੱਚ, ਜਿਨ੍ਹਾਂ ਦੀ ਰੋਸ਼ਨੀ ਖਿਲਰ ਜਾਂਦੀ ਹੈ ਉਹ ਗੁਰਮੁਖ ਪਿਆਰੋ ਰਹਿੰਦੀ ਦੁਨੀਆਂ ਤਿਕਰ ਅਮਰ ਹੋ ਜਾਂਦੇ। ਨਾਮ ਰਹੋ ਸਾਧੂ ਰਹੋ, ਰਹਿਓ ਗੁਰੂ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੁਖ।